ਸਤਿ ਸ਼੍ਰੀ ਅਕਾਲ ਸਟੂਡੈਂਟਸ, ਸਵਾਗਤ ਹੈ ਆਪ ਸਭ ਦਾ ਆਪਣੇ ਯੂਟਿਊਬ ਦੇ ਇਸ ਚੈਨਲ ਡੈਲਚ ਲਰਨਿੰਗ ਪੁਆਇੰਟ ਦੇ ਉੱਪਰ। ਸਟੂਡੈਂਟਸ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ETT ਕੈਡਰ ਜੋ 23 ਚੋਣ ਦਾ ਪੇਪਰ ਹੋਇਆ ਹੈ ਉਸਦੀ ਆਨਸਰ ਕੀ ਜੋ ਆਈ ਹੈ ਉਸ ਦੇ ਵਿੱਚ ਅਗਰ ਤੁਹਾਨੂੰ ਕੋਈ ਓਬਜੈਕਸ਼ਨ ਲਗਾਉਣੀ ਹੈ, ਤੁਹਾਨੂੰ ਕੋਈ ਕੁਐਸਚਨ ਦਾ ਉੱਤਰ ਗਲਤ ਲੱਗਦਾ ਹੈ ਤਾਂ ਤੁਸੀਂ ਓਬਜੈਕਸ਼ਨ ਕਿਵੇਂ ਲਗਾ ਸਕਦੇ ਹੋ, ਇਸ ਦੇ ਉੱਪਰ ਜਿਹੜੀ ਹੈ ਵੀਡੀਓ ਬਣਾਈ ਹੈ। ਸੋ ਦੋਸਤੋ, ਤੁਸੀਂ ਆਪਣੇ ਅਕਾਊਂਟ ਤੋਂ ਲੌਗਇਨ ਕਰਨਾ ਹੈ ਵੈਬਸਾਈਟ 'ਤੇ ਜਾ ਕੇ, ਐਜੂਕੇਸ਼ਨ ਰਿਕਰੂਟਮੈਂਟ ਬੋਰਡ 'ਤੇ ਜਾ ਕੇ ਤੁਸੀਂ ਆਪਣਾ ਅਕਾਊਂਟ ਲੌਗਇਨ ਕਰਨਾ ਹੈ ਅਤੇ ਉੱਥੇ ਉੱਪਰ ਉੱਪਰ ਤੁਹਾਨੂੰ ਕੈਂਡੀਡੇਟ ਓਬਜੈਕਸ਼ਨ ਦਾ ਆਪਸ਼ਨ ਨਜ਼ਰ ਆਏਗਾ ਐਡਮਿਟ ਕਾਰਡ ਤੋਂ ਉੱਪਰ। ਸੋ ਤੁਸੀਂ ਇਸ ਆਪਸ਼ਨ ਨੂੰ ਜਿਹੜਾ ਹੈ ਉਹ ਕਲਿੱਕ ਕਰਨਾ ਹੈ ਐਂਡ ਦੈਨ ਤੁਹਾਡੇ ਕੋਲ ਇਸ ਤਰੀਕੇ ਦਾ ਇੱਕ ਪੇਜ ਖੁੱਲ੍ਹ ਜਾਏਗਾ। ਸੋ ਇਸ ਪੇਜ ਦੇ ਉੱਪਰ ਤੁਹਾਨੂੰ ਪੁੱਛਿਆ ਗਿਆ ਕਿ ਪਹਿਲਾਂ ਤੁਹਾਡੀ ਕੁਐਸਚਨ ਬੁਕਲੇਟ ਸੀਰੀਜ਼ ਕੀ ਆਈ ਸੀ, ਉਸ ਤੋਂ ਬਾਅਦ ਕੁਐਸਚਨ ਨੰਬਰ ਤੁਸੀਂ ਇੱਥੇ ਲਿਖਣਾ ਹੈ ਆਪਣੇ ਸੈੱਟ ਦਾ, ਅਤੇ ਤੁਸੀਂ ਆਨਸਰ ਕੀ ਦਾ ਆਨਸਰ ਲਿਖਣਾ ਹੈ ਅਤੇ ਤੁਹਾਡਾ ਆਨਸਰ ਕੀ ਹੈ ਤੁਸੀਂ ਇਹ ਲਿਖਣਾ ਹੈ। ਠੀਕ ਹੈ ਜੀ, ਮਤਲਬ ਇੱਥੇ ਤੁਸੀਂ ਆਨਸਰ ਦਾ ਲਿਖਣਾ ਹੈ ਅਤੇ ਇੱਥੇ ਜੋ ਤੁਸੀਂ ਲਗਾ ਕੇ ਆਏ ਸੀਗੇ ਉਦੋਂ। ਠੀਕ ਹੈ ਜੀ, ਵੀ ਇਹਦਾ ਆਨਸਰ ਆ ਹੈਗਾ ਹੈ। ਠੀਕ ਹੈ ਜੀ, ਔਰ ਕੈਂਡੀਡੇਟ ਕਮੈਂਟਸ, ਇੱਥੇ ਤੁਸੀਂ ਆਪਦੇ ਉਸ ਉਹਦਾ ਕਮੈਂਟ ਦੇਣਾ ਹੈ ਬਈ ਅਸੀਂ ਇਸ ਕੁਐਸਚਨ ਦੇ ਬਾਰੇ 'ਚ ਟਿੱਪਣੀ ਦੇਣੀ ਚਾਹੁੰਦੇ ਹਾਂ, ਤਾਂ ਉਹਦਾ ਸਪਸ਼ਟੀਕਰਨ ਜਿਹੜਾ ਤੁਸੀਂ ਇੱਥੇ ਦੇਣਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਸੀਂ ਇਸ ਤਰੀਕੇ ਨਾਲ ਕਰਕੇ ਸਬਮਿਟ ਕਰ ਸਕਦੇ ਹੋ, ਅਤੇ ਜਦੋਂ ਤੁਸੀਂ ਇਸ ਨੂੰ ਸਬਮਿਟ ਕਰੋਗੇ ਤਾਂ ਤੁਹਾਨੂੰ ਪਲੱਸ ਐਡ ਦੀ ਆਪਸ਼ਨ ਵੀ ਆਏਗੀ, ਮਤਲਬ ਤੁਸੀਂ ਇੱਕ ਤੋਂ ਜ਼ਿਆਦਾ ਕੁਐਸਚਨਸ 'ਤੇ ਵੀ ਓਬਜੈਕਸ਼ਨ ਜਿਹੜੀ ਹੈ ਰੇਜ਼ ਕਰ ਸਕਦੇ ਹੋ। ਸੋ ਸਿੰਪਲ ਜਿਹਾ ਪ੍ਰੋਸੈਸ ਹੈ ਇਸਦਾ। ਅਗਰ ਤੁਸੀਂ ਓਬਜੈਕਸ਼ਨ ਲਗਾਉਣੀ ਚਾਹੁੰਦੇ ਹੋ ਤਾਂ ਪਹਿਲਾਂ ਜ਼ਰੂਰ ਕਿਸੇ ਟੀਚਰ ਨਾਲ, ਕਿਸੇ ਮਾਹਰ ਨਾਲ ਜਿਹੜੀ ਹੈ ਤੁਸੀਂ ਜ਼ਰੂਰ ਰਾਬਤਾ ਕਾਇਮ ਕਰੋ ਆਪਣਾ, ਉਹਨਾਂ ਨੂੰ ਦਿਖਾਓ ਕੁਐਸਚਨ ਨੂੰ, ਔਰ ਉਸ ਤੋਂ ਬਾਅਦ ਹੀ ਤੁਸੀਂ ਓਬਜੈਕਸ਼ਨ ਜਿਹੜੀ ਉਹ ਰੇਜ਼ ਕਰੋ। ਸੋ ਇਸ ਤਰੀਕੇ ਨਾਲ ਤੁਸੀਂ ਜਿਹੜਾ ਹੈ ਰੇਜ਼ ਕਰ ਸਕਦੇ ਹੋ ਆਪਦੀ ਓਬਜੈਕਸ਼ਨ। ਸੋ ਉਸ ਤੋਂ ਬਾਅਦ ਪੱਕਾ ਜਿਹੜੀ ਰਿਵਾਈਜ਼ ਆਨਸਰ ਕੀ ਆਏਗੀ ਉਸ ਵਿੱਚ ਗ੍ਰੇਸ ਮਾਰਕਸ ਉਸਦੇ ਪੱਕਾ ਮਿਲਣਗੇ। ਸੋ ਇਹ ਨਹੀਂ ਉਡੀਕੀ ਜਾਣਾ ਕਿ ਕੋਈ ਹੋਰ ਲਗਾਏਗਾ ਤਾਂ ਸਾਨੂੰ ਵੀ ਫਾਇਦਾ ਮਿਲ ਜਾਏਗਾ, ਨਹੀਂ, ਤੁਸੀਂ ਵੀ ਲਗਾਉਣੀ ਹੈ। ਤਾਂ ਕਿ ਕਈ ਵਾਰੀ ਹੋ ਸਕਦਾ ਕੋਈ ਹੋਰ ਲਗਾਵੇ ਨਾ ਅਤੇ ਤੁਸੀਂ ਇਸੇ ਝੱਕ 'ਚ ਰਹਿ ਜਾਓ ਕਿ ਕੋਈ ਹੋਰ ਜਿਹੜਾ ਹੈ ਓਬਜੈਕਸ਼ਨ ਲਗਾਏਗਾ। ਸੋ ਇਸ ਤਰੀਕੇ ਨਾਲ ਤੁਸੀਂ ਆਪਦੀ ਓਬਜੈਕਸ਼ਨ ਜਿਹੜੀ ਲਗਾ ਸਕਦੇ ਹੋ। ਸੋ ਇਹ ਸੀ ਜਾਣਕਾਰੀ, ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ। ਮਿਲਦੇ ਹਾਂ ਨੈਕਸਟ ਵੀਡੀਓ ਕਿਸੇ ਖਾਸ ਨਵੀਂ ਅਪਡੇਟ ਦੇ ਨਾਲ। ਧੰਨਵਾਦ, ਥੈਂਕ ਯੂ ਵੈਰੀ ਮੱਚ।